ਸ਼ਰਾਬ ਦੇ ਨਸ਼ੇ 'ਚ ਧੁੱਤ ਇੱਕ ਸ਼ਖਸ ਗੁਰੂ ਘਰ ਦੇ ਵਿੱਚ ਦਾਖਲ ਹੋਇਆ, ਜਿਸ ਨੂੰ ਕਿ ਲੋਕਾਂ ਨੇ ਸਮਾਂ ਰਹਿੰਦੇ ਹੀ ਕਾਬੂ ਕਰ ਲਿਆ ਅਤੇ ਉਸਦੀ ਛਿੱਤਰ ਪਰੇਡ ਕੀਤੀ ਗਈ। ਛਿੱਤਰ ਪਰੇਡ ਕਰਨ ਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪ੍ਰਵਾਸੀ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ, ਅਚਾਨਕ ਹੀ ਗੁਰੂ ਘਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਜਦੋਂ ਲੋਕਾਂ ਨੂੰ ਉਸਦੇ ਉੱਤੇ ਸ਼ੱਕ ਹੁੰਦਾ ਤਾਂ ਉਸਨੂੰ ਕਾਬੂ ਕਰਕੇ ਪੁੱਛ ਪੜਤਾਲ ਕੀਤੀ ਜਾਂਦੀ ਹੈ ਤਾਂ ਉਸਦੇ ਵੱਲੋਂ ਖੁਦ ਮੰਨਿਆ ਜਾਂਦਾ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੈ ਅਤੇ ਅਚਾਨਕ ਹੀ ਗੁਰੂ ਘਰ ਦੇ ਵਿੱਚ ਉਹ ਦਾਖਲ ਹੋ ਗਿਆ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਪਹਿਲਾਂ ਤਾਂ ਉਸਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ ਅਤੇ ਫਿਰ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਮੂਲ ਰੂਪ ਤੋਂ ਰਹਿਣ ਵਾਲਾ ਬਿਹਾਰ ਦਾ, ਜੋ ਕਿ ਇੱਥੇ ਕੰਮ ਕਰਨ ਦੇ ਸਿਲਸਿਲੇ ਨਾਲ ਲੁਧਿਆਣਾ ਦੇ ਵਿੱਚ ਆਇਆ ਹੋਇਆ ਸੀ ਅਤੇ ਇਸ ਦੇ ਨਾਲ ਦਾ ਜਦੋਂ ਖਾਣਾ ਖਾਣ ਦੇ ਲਈ ਚਲਾ ਜਾਂਦਾ ਤਾਂ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦਾ ਅਤੇ ਇਸਨੂੰ ਪਤਾ ਨਹੀਂ ਲੱਗਦਾ ਅਤੇ ਇਹ ਗੁਰੂ ਘਰ ਦੇ ਵਿੱਚ ਦਾਖਲ ਹੋ ਜਾਂਦਾ, ਜਿੱਥੇ ਕਿ ਲੋਕਾਂ ਦੇ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਇਸਨੂੰ ਤੁਰੰਤ ਕਾਬੂ ਕਰ ਲਿਆ ਜਾਂਦਾ ਅਤੇ ਹੁਣ ਇਸਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਗੁਰਦੁਆਰੇ ਕੰਮ ਕਰਨ ਲਈ ਕਿਹੜਾ ਕੰਮ ਕਰਨਾ ਆਇਆ ਤੂੰ? ਪਲਕੇ ਵਾਲੇ। ਅੱਛਾ, ਦਾਰੂ ਪੀਤੀ ਹੈ ਤੂੰ? ਉਹ ਜਿਹੜੇ ਬੰਦੇ ਤੈਨੂੰ ਫੜਿਆ ਜਿਹਨਾਂ ਨੇ, ਉਹ ਕਹਿੰਦੇ ਦਾਰੂ ਪੀਤੀ ਤੂੰ? ਹਾਂਜੀ। ਹੈਂ? ਹਾਂ ਨਾ ਨਾ ਦੱਸ, ਹਾਂ ਜਾਂ ਨਾ? ਪੀਤੀ ਹੈ? ਤੈਨੂੰ ਨਹੀਂ ਪਤਾ ਦਾਰੂ ਪੀ ਕੇ ਅੰਦਰ ਨਹੀਂ ਜਾਣਾ? ਗਲਤੀ ਹੋ ਗਈ ਬਾਬਾ ਜੀ। ਕਿਹਨੇ ਭੇਜਿਆ ਤੈਨੂੰ? ਮੇਰੇ ਕੋ ਭੇਜਿਆ ਥਾ, ਮੈਂ ਆਇਆ ਥਾ ਯਹਾਂ ਪਰ ਕੰਮ ਕਰਨੇ ਕੇ ਲੀਏ। ਕੰਮ ਕਰਨਾ ਹੈ ਜੀ? ਹਾਂਜੀ। ਮੇਰੇ ਕੋ ਪਤਾ ਨਹੀਂ ਥਾ। ਪਤਾ ਨਹੀਂ ਸੀ ਤੈਨੂੰ? ਹਾਂਜੀ। ਗੁਰਦੁਆਰੇ ਦਾ ਨਹੀਂ ਪਤਾ ਤੈਨੂੰ? ਨਹੀਂ ਬਾਬਾ ਜੀ। ਮੈਂ ਪਹਿਲੇ ਕਿੰਨੇ ਬੰਦੇ ਸੀ ਤੁਸੀਂ? ਇੱਕ ਬੰਦੇ ਥਾ। ਟੋਟਲ ਦੋ ਜਣੇ ਸੀ ਤੁਸੀਂ? ਇੱਕ ਬੰਦੇ ਕੋਈ ਪਰਦੇ ਸੋ ਰੋਟੀ ਖਾਣ ਗਏ, ਉਹ ਤਾਂ ਮੇਰੇ ਦੱਸ ਰਿਹਾ ਥਾ ਕਿ ਮੈਂ ਕਿੱਥੇ ਜਾਣਾ ਰੋਟੀ ਖਾਣੇ ਗਏ, ਤੋ ਮੈਂ ਉਹਨੂੰ ਦੱਸ ਦਿਆ ਥਾ ਕਿ ਸਾਹਮਣੇ ਥਾ, ਮੈਂ ਮੂਰੇ ਖੜਾ ਹੋ ਗਿਆ ਥਾ। ਅੱਛਾ। ਬਾਕੀ ਮੈਂ ਅੰਦਰ ਨਹੀਂ ਗਿਆ। ਉੱਚੀ ਬੋਲ। ਮੈਂ ਅੰਦਰ ਨਹੀਂ ਗਿਆ ਥਾ। ਤੂੰ ਅੰਦਰ ਨਹੀਂ ਗਿਆ, ਤੂੰ ਅੰਦਰ ਬਾਹਰ ਆਇਆ, ਜਿਹੜੇ ਬੰਦੇ ਨੇ ਤੈਨੂੰ ਫੜਿਆ ਕਹਿੰਦਾ? ਨਹੀਂ, ਮੈਂ ਇੱਥੇ ਸਮੇਂ ਆਇਆ ਥਾ, ਆ ਗੇਟ ਸੇ ਮੈਂ ਆਇਆ ਥਾ ਬਾਬਾ ਜੀ। ਅੰਦਰ ਤਾਂ ਵੜਿਆ ਸੀ ਨਾ ਤੂੰ? ਹਾਂ, ਇਹ ਗੇਟ ਕੋਲ ਗਿਆ ਤਾਂ ਆਪ ਤੁਸੀਂ ਬੋਲ ਲਓ ਕਿ ਅੰਦਰ ਗਿਆ ਕਿ ਬਾਹਰ ਗਿਆ। ਲੇਕਿਨ ਮੈਂ ਸਮੈਲ ਆ ਰਹੀ ਤੇਰੇ ਹਲੇ ਵੀ। ਮੈਂ ਇਹ ਮੈਂ ਗੇਟ ਜੋ ਹੈ ਨਹੀਂ, ਇਹ ਸਾਹਮਣੇ। ਅੱਛਾ। ਇਹ ਜੋ ਮੂਰੇ ਜੋ ਹੈ, ਮੈਂ ਇੱਥੇ ਸਮੇਂ ਮੁੜ ਕੇ ਚਲੇ ਆਇਆ, ਇੱਥੇ ਮੈਂ ਬਾਹਰ ਨਹੀਂ ਗਏ ਇੱਥੇ। ਸ਼ਰਾਬ ਦੇ ਨਸ਼ੇ 'ਚ ਧੁੱਤ ਇੱਕ ਸ਼ਖਸ ਗੁਰੂ ਘਰ ਦੇ ਵਿੱਚ ਦਾਖਲ ਹੋਇਆ, ਜਿਸ ਨੂੰ ਕਿ ਲੋਕਾਂ ਨੇ ਸਮਾਂ ਰਹਿੰਦੇ ਹੀ ਕਾਬੂ ਕਰ ਲਿਆ ਅਤੇ ਉਸਦੀ ਛਿੱਤਰ ਪਰੇਡ ਕੀਤੀ ਗਈ। ਛਿੱਤਰ ਪਰੇਡ ਕਰਨ ਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪ੍ਰਵਾਸੀ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ, ਅਚਾਨਕ ਹੀ ਗੁਰੂ ਘਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਜਦੋਂ ਲੋਕਾਂ ਨੂੰ ਉਸਦੇ ਉੱਤੇ ਸ਼ੱਕ ਹੁੰਦਾ ਤਾਂ ਉਸਨੂੰ ਕਾਬੂ ਕਰਕੇ ਪੁੱਛ ਪੜਤਾਲ ਕੀਤੀ ਜਾਂਦੀ ਹੈ ਤਾਂ ਉਸਦੇ ਵੱਲੋਂ ਖੁਦ ਮੰਨਿਆ ਜਾਂਦਾ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੈ ਅਤੇ ਅਚਾਨਕ ਹੀ ਗੁਰੂ ਘਰ ਦੇ ਵਿੱਚ ਉਹ ਦਾਖਲ ਹੋ ਗਿਆ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਪਹਿਲਾਂ ਤਾਂ ਉਸਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ ਅਤੇ ਫਿਰ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਮੂਲ ਰੂਪ ਤੋਂ ਰਹਿਣ ਵਾਲਾ ਬਿਹਾਰ ਦਾ, ਜੋ ਕਿ ਇੱਥੇ ਕੰਮ ਕਰਨ ਦੇ ਸਿਲਸਿਲੇ ਨਾਲ ਲੁਧਿਆਣਾ ਦੇ ਵਿੱਚ ਆਇਆ ਹੋਇਆ ਸੀ ਅਤੇ ਇਸ ਦੇ ਨਾਲ ਦਾ ਜਦੋਂ ਖਾਣਾ ਖਾਣ ਦੇ ਲਈ ਚਲਾ ਜਾਂਦਾ ਤਾਂ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦਾ ਅਤੇ ਇਸਨੂੰ ਪਤਾ ਨਹੀਂ ਲੱਗਦਾ ਅਤੇ ਇਹ ਗੁਰੂ ਘਰ ਦੇ ਵਿੱਚ ਦਾਖਲ ਹੋ ਜਾਂਦਾ, ਜਿੱਥੇ ਕਿ ਲੋਕਾਂ ਦੇ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਇਸਨੂੰ ਤੁਰੰਤ ਕਾਬੂ ਕਰ ਲਿਆ ਜਾਂਦਾ ਅਤੇ ਹੁਣ ਇਸਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਗੁਰਦੁਆਰੇ ਕੰਮ ਕਰਨ ਲਈ ਕਿਹੜਾ ਕੰਮ ਕਰਨਾ ਆਇਆ ਤੂੰ? ਪਲਕੇ ਵਾਲੇ। ਅੱਛਾ, ਦਾਰੂ ਪੀਤੀ ਹੈ ਤੂੰ? ਉਹ ਜਿਹੜੇ ਬੰਦੇ ਤੈਨੂੰ ਫੜਿਆ ਜਿਹਨਾਂ ਨੇ, ਉਹ ਕਹਿੰਦੇ ਦਾਰੂ ਪੀਤੀ ਤੂੰ? ਹਾਂਜੀ। ਹੈਂ? ਹਾਂ ਨਾ ਨਾ ਦੱਸ, ਹਾਂ ਜਾਂ ਨਾ? ਪੀਤੀ ਹੈ? ਤੈਨੂੰ ਨਹੀਂ ਪਤਾ ਦਾਰੂ ਪੀ ਕੇ ਅੰਦਰ ਨਹੀਂ ਜਾਣਾ? ਗਲਤੀ ਹੋ ਗਈ ਬਾਬਾ ਜੀ। ਕਿਹਨੇ ਭੇਜਿਆ ਤੈਨੂੰ? ਮੇਰੇ ਕੋ ਭੇਜਿਆ ਥਾ, ਮੈਂ ਆਇਆ ਥਾ ਯਹਾਂ ਪਰ ਕੰਮ ਕਰਨੇ ਕੇ ਲੀਏ। ਕੰਮ ਕਰਨਾ ਹੈ ਜੀ? ਹਾਂਜੀ। ਮੇਰੇ ਕੋ ਪਤਾ ਨਹੀਂ ਥਾ। ਪਤਾ ਨਹੀਂ ਸੀ ਤੈਨੂੰ? ਹਾਂਜੀ। ਗੁਰਦੁਆਰੇ ਦਾ ਨਹੀਂ ਪਤਾ ਤੈਨੂੰ?
ਨਹੀਂ ਬਾਬਾ ਜੀ ਮੈਂ ਪਹਿਲੇ ਕਿੰਨੇ ਬੰਦੇ ਸੀ ਤੁਸੀਂ ਇੱਕ ਬੰਦੇ ਥਾ ਟੋਟਲ ਦੋ ਦੋ ਜਾਣੇ ਤੁਸੀਂ ਇੱਕ ਬੰਦੇ ਕੋਈ ਭਰਦੇ ਸੀ ਉਹ ਰੋਟੀ ਖਾਣ ਗਏ ਉਹ ਤਾਂ ਮੇਰੇ ਦੱਸ ਰਾਤ ਤੱਕ ਮੈਂ ਕਿੱਥੇ ਜਾਣਾ ਰੋਟੀ ਖਾਣ ਗਏ ਤੋ ਮੈਂ ਉਹਨੂੰ ਦੱਸ ਦਿਆ ਤੱਕ ਸਾਹਮਣੇ ਥਾ ਮੈਂ ਮੂਹਰੇ ਖੜਾ ਹੋ ਗਿਆ ਥਾ ਬਾਕੀ ਮੈਂ ਅੰਦਰ ਨਹੀਂ ਉੱਚੀ ਬੋਲ ਮੈਂ ਅੰਦਰ ਨਹੀਂ ਗਿਆ ਥਾ ਤੂੰ ਅੰਦਰ ਨਹੀਂ ਗਿਆ ਤੂੰ ਅੰਦਰੋਂ ਬਾਹਰ ਆਇਆ ਜਿਹੜੇ ਬੰਦੇ ਨੇ ਤੈਨੂੰ ਫੜਿਆ ਕਹਿੰਦਾ ਨਹੀਂ ਮੈਂ ਇੱਥੇ ਸਮੇਂ ਆਇਆ ਥਾ ਆ ਗੇਟ ਸੇ ਮੈਂ ਆਇਆ ਥਾ ਬਾਬਾ ਜੀ ਅੰਦਰ ਤਾਂ ਬੜਿਆ ਸੀ ਨਾ ਤੂੰ ਹਾਂ ਇਹ ਗੇਟ ਕੋਲ ਗਿਆ ਤਾਂ ਆਪ ਤੁਸੀਂ ਬੋਲ ਲਓ ਕਿ ਅੰਦਰ ਗਿਆ ਕਿ ਬਾਹਰ ਗਿਆ ਲੇਕਿਨ ਮੈਂ ਇਹ ਮੈਂ ਗੇਟ ਜੋ ਹੈ ਨਹੀਂ ਸਾਹਮਣੇ ਇਹ ਜੋ ਮੂਰੇ ਜੋ ਹੈ ਮੈਂ ਇੱਥੇ ਸਮੇਂ ਮੁੜ ਕੇ ਚਲੇ ਆਇਆ ਇੱਥੇ ਮੈਂ ਬਾਹਰ ਨਹੀਂ ਗਏ ਇੱਥੇ ਅੰਦਰ